600 रुपये रमाल करमाल 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 पैकोले भाई भाई माल 600 रुपये 600 रुपये गरम गरम पाई को गरम गरम 600 रुपये 600 रुपये कोई अच्छा या कोड दिखा यार जरा मेरे ना पाए बड़ा सजे अच्छा हाँ ते तो पॉइंट चेक करो 600 रुपये 600 रुपये ओ तेरे 100 दी 100 लाना दो तेरे सारा कोड मेनू दे दे हैं भाई ने गार्ड भाई लामा के तो गार्ड नू पता लगेगा 600 रुपये मिनट बाद मेरे कान से कहीं ना उधर मुंह करके आवाज ला मैं तो आ गया अस्सलाम वालेकुम पाजी वालेकुम सलाम बाजी मैं जानती पे सब बाजार ते कपड़े ते वाह वधिया लाए छो 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 नहीं भाई है किन्ने दा है ए बाजी लेके आई है गरम लेके आई मैं ठंडी नहीं है बाजी ए सर्दी वाला माल है तानू मजा आ जाएगा ब्रांड माल है ब्रांड बाजी 600 रुपये हां जी ये भी 600 रुपये बाजी 600 रुपये बाकी मजेदार माल है भाई ओ भाई ओ मेरे मुंडे ते पूरी आ भाई मैं पसंद किया पहले को ठीक है तू ही पसंद किया तू और लेने फिर मेरा भी बाजी दे ਇਹਨੇ ਬਾਅਦ ਜੋ ਪਸੰਦ ਕੀਤਾ ਮੇਰੀ ਨਜ਼ਰ ਪਹਿਲੇ ਪਈ ਏ ਅੱਛਾ ਅੱਛਾ ਉਹ ਤੇ ਜਿਹੜਾ ਉਹਨੇ ਉੱਤੇ ਫੜ ਕੇ ਲੈਂਦਾ ਉਹ ਕੋਈ ਉੱਤੇ ਲੋਟਾ ਲੈ ਕੇ ਆਉਂਦੇ ਸੀ ਵੇ ਭਾਈ ਇਹਦੇ ਨਾਲ ਕੀ ਮੂੰਹ ਸਾਫ਼ ਕਰਦਾ ਰਹਿਣਾ ਹੈ ਜਿਸ ਤਰ੍ਹਾਂ ਕਰ ਦਵਾ ਉਹ ਤੇ ਚੰਗੇ ਤਰੀਕੇ ਨਾਲ ਲੰਮੇ ਪਏ ਮੇਰਾ ਵੀ ਨਹੀਂ ਭਾਈ ਆ ਮੈਨੂੰ ਪਸੰਦ ਲੱਗਾ ਟਰੋਲ ਦੇ ਵੇ ਆ ਕੀ ਲੱਗਾ ਤੇਰਾ ਬੇੜਾ ਬਹਿ ਏ ਤੇ ਪਸੰਦ ਆਇਆ ਵਾ ਨਹੀਂ ਭਾਈ ਹਲੇ ਮੈਂ ਚੈੱਕ ਕਰ ਰਿਹਾ ਜਿਹੜਾ ਪਸੰਦ ਆਏਗਾ ਉਹ ਲਵਾਂ ਵੀਰ ਚੈੱਕ ਕਰ ਕੋਈ ਮਸਲਾ ਨਹੀਂ ਲੈ ਤੂੰ ਭਾਜੀ ਇਹ ਵੀ 100 ਰੁਪਏ ਦਾ ਏ ਭਾਜੀ 100 ਰੁਪਏ ਦਾ ਦੱਸਿਆ ਭਾਈ ਉਹ ਹਾਂ नहीं मैं तेरा दिमाग ठीक है बांदरी लगेगा वे भाई मेनू ते दे दे पहले भैन वेख तू की लेना ए कोट कितो आया है ए कोट वीरे आया बाहरों आया कोट अंग्रेज ने पाया सी कोट अच्छा आहो भाई आ भी 100 रुपए दा 100 रुपए दा 100 रुपए दा मेरा वीर 100 रुपए दा पा के वेख पा के अंग्रेज ने कितनी देर पाया है अंग्रेज ने इत्रो दुकान तो लिया इत्रो घर जाके पाया नाल ओदी डेथ हो गई कोट में पाकिस्तान च आ गया हाय मैं मर गई मरे होया मुर्दियां ने ਵੇਚਣਾ ਹੈ ਤੂੰ ਨਹੀਂ ਭੈਣ ਤੁਸੀਂ ਚੈੱਕ ਤੇ ਕਰੋ ਤੁਹਾਨੂੰ ਮਜ਼ਾ ਆਏਗਾ ਕੋਟ ਦਾ ਵੇ ਕਿੰਨੀ ਛਾੜ ਆਂਦੀ ਪਈ ਏ ਇਹਨਾਂ ਨੂੰ ਓ ਭਾਈ ਓ ਓ ਇੱਥੇ ਖਲੋ ਕੇ ਦੇਖ ਇੱਥੇ ਖਲੋ ਕੇ ਯਾਰ ਤੇਰੀ ਤਾਂ ਖਲੋ ਕੇ ਨਹੀਂ ਵੇਖਣੇ ਹੁੰਦੇ ਨਹੀਂ ਮੈਂ ਸਾਰੀ ਦੁਕਾਨ ਵਾਲੀ ਦੋ ਉੱਤੇ ਜਾਣਾ ਭਾਈ ਕੀ ਤੁਸੀਂ ਡਰਾਮੇ ਕਰਨ ਦੇ ਭੈਣ ਇੱਥੇ ਵਿਆ ਵੇਖ ਲੋ ਯਾ ਮੈਨੂੰ ਬੱਚਿਆਂ ਦੀਆਂ ਜੈਕਟਾਂ ਤੇ ਵੇਖ ਲੈਂਦੇ ਭਾਈ ਆ ਫੜੀ ਜਰਾ ਮੇਰੇ ਪਾਈ ਜਰਾ ਇੱਥੇ ਥੱਲਿਓ ਨਾ ਪੈਰ ਫੜੀ ਜਰਾ ਵੇ ਭਾਈ ਇਹ ਵੀ 100 ਰੁਪਏ ਦੀਏ ਆਹ ਬਾਜੀ 120 ਦੀ ਆਵੇ ਬ੍ਰਾਂਡ ਨਾਲ ਹੀ ਬ੍ਰਾਂਡ ਬਈਆ ਨਾਲ ਹੀ ਪਸੰਦ ਆਈ ਤੇ 20 ਰੁਪਏ ਵਧਾ ਲੈ ਨਹੀਂ ਬਾਜੀ ਤੂੰ 100 ਹੀ ਦੇ ਦੀ ਰੌਲਾ ਟੈਨਸ਼ਨ ਨਾ ਲੈ ਭਾਜੀ ਖੁੱਲਾ ਜੀ ਹੈ ਖੁੱਲਾ ਵਾ ਤੇ ਦੋ ਜਣੇ ਪੈ ਜਾਓ ਵਿੱਚ ਦੋ ਜਣੇ ਕਿਉਂ ਪੈ ਜਾਓ ਵਿੱਚ ਮੈਂ ਇਕੱਲੇ ਨੇ ਪਾਣਾ ਵੀਰੇ ਹੋਰ ਵੇਖ ਲੈ ਹੋਰ ਹੈ ਨਹੀਂ ਤੇ ਚੰਗੇ ਭਲੇ ਕੋਲ ਪਏ ਆ ਹੋਰ ਦੇਖ ਲੈਣਾ ਆ ਵੇਖ ਲੈ ਆ ਨਹੀਂ ਲੈਣਾ ਬਾਜੀ ਹਾਂ ਜੀ ਤੁਸੀਂ ਨਹੀਂ ਲੈਣਾ ਹੈ ਫੋੜੇ ਦੇ ਕੋਲੋਂ ਕਿੱਡੀ ਇਹਦੀ ਗੰਦੀ ਨੀਅਤ ਹੋਈ ਇਹਦੇ ਤੇ ਤੁਸੀਂ ਵੀ ਉੱਥੇ ਲਾ ਰਹੇ ਨਾ ਉਹਨੂੰ ਪਤਾ ਲੱਗੇ ਅਪਾੜੇ ਯਾਰ ਓ ਸੌਰੀ ਯਾਰ ਯਾਰ ਭਾਈ ਕੀ ਗੱਲ ਹੋ ਗਈ ਐ ਬਾਵਾਂ ਛੋਟੀਆਂ ਹਾਏ ਹਾਏ ਹੱਥ 'ਚ ਕਿਤੇ ਕਲਾਨ ਫੜੀ ਹੋਵੇ ਨਾ ਕੀ ਮਜ਼ਾ ਆਵੇ ਛੋਟਾ ਆਇਆ ਹੋਵੇ ਹੰਦੀਆਂ ਨਸੀਬਾਂ ਨਾਲ ਇਹ ਕੜੀਆਂ ਇਹ ਬਾਵਾਂ ਤੁਹਾਡੀਆਂ ਥੋੜੀਆਂ ਜਿਹੀਆਂ ਛੋਟੀਆਂ ਕਰਾ ਦਨੇ ਇੱਥੋਂ ਤੋਂ ਕਰਕੇ ਬਾਵਾਂ ਕਟਾ ਪੂਰੇ ਬੇਟਾ ਦੀ ਬਹਾਦਰ ਰਹਿਣ ਦੇ ਖੈਰ ਆਪਾਂ ਕੋਲ ਤਨ ਬਹੁਤ ਅੱਛਾ ਲੱਗ ਰਿਹਾ ਐ ਟੁੰਡੇ ਬੰਦੇ ਦਾ ਕੋਟ ਆ ਜੀ ਨਹੀਂ ਆ ਭਾਈ ਟੁੰਡੇ ਬੱਚੇ ਦਾ ਅੱਛਾ ਤੇ ਨਹੀਂ ਚੰਗਾ ਲੱਗਣਾ ਤੋ ਕਿ ਹੋਰ ਲੈਣਾ ਮੇਰਾ ਵੀਰਾ ਨਹੀਂ ਭਾਈ ਇਹ ਧੋ ਕੇ ਕਿਉਂ ਨਹੀਂ ਰੱਖੇ ਤੂੰ ਕਿੰਨੇ ਮੈਲੇ ਨੇ ਜੀ ਤੂੰ ਲੰਡੇ ਚ ਆਈ ਆ ਜਾਂ ਬਨੈਂਦਾ ਦੀ ਦੁਕਾਨ ਤੇ ਆਈ ਆ ਯਾਰ ਤੇ ਦਾ ਮਾਲ ਇੰਜ ਦਾ ਹੀ ਹੁੰਦਾ ਵਾ ਤੇ ਲੰਡੇ ਚ ਧੋਤਾ ਹੋਇਆ ਮਾਲ ਮਿਲਦਾ ਹੈ ਲੰਡੇ ਔਰ ਤੂੰ ਕੀ ਕਰੀ ਜਾਂਦੇ ਆ ਭਾਈ ਮੈਨੂੰ ਖਪਾਈ ਜਾਂਦਾ ਮੈਂ ਕਹਿੰਦਾ ਭਾਜੀ ਨੂੰ ਇਸਤਰੀ ਕਰਕੇ ਦੇ ਦੋ ਤੇ ਮੇਰੇ ਕੋਲ 90 ਰੁਪਏ ਲੈ ਲਓ ਦੋ ਮੇਰੀ ਦੁਕਾਨ ਤੇ ਆਇਆ ਤੂੰ ਕਿਦਾਂ ਦੀ ਬਕਵਾਸ ਕਰਨਾ ਪਿਆ ਤੂੰ ਲੰਡੇ ਚ ਤੇ ਗੱਲਾਂ ਵੇਖ ਆਪਣੀਆਂ ਭਾਜੀ ਆ ਤੇ ਆ ਤੇ ਨਾ ਸਲਾਣਾ ਟਾੜੇ ਵਰਗਾ ਹੀ ਆ ਚਲੋ ਆ ਟਾੜੀਆਂ ਅੱਖਾਂ ਲੱਗੀਆਂ ਵਾ ਹਾਂ ਤੁਸੀਂ ਪਾ ਕੇ ਫਿਰਿਆ ਕਿ ਦੁੱਖ ਤੇ ਸੋਹਣਾ ਲੱਗਦੇ ਆ ਨਹੀਂ ਵੇ
ਮੋਟੂ ਦਾ ਡਰੈਸ ਸੀ ਹਾਂ ਨਹੀਂ ਮੋਟੂ ਦਾ ਡਰੈਸ ਪਾਈ ਜਾ ਉਧਰ ਕੰਮ ਕਰ ਤੂੰ ਲੈਣਾ ਨਹੀਂ ਇਹ ਦਿਮਾਗ ਕਿਉਂ ਨਹੀਂ ਲੈਣਾ ਯਾਰ ਲਾਵੇ ਲਾਲਾ ਯੂ ਫੇਰੀਆਂ ਲੱਗੀਆਂ ਤੈਨੂੰ ਲਾਵੇ ਨੂੰ ਲਾ ਰਿਆ ਭਾਈ ਆ ਵੀ ਆਪਣਾ ਹੀ ਮਾਲ ਆ ਚੰਗੀ ਭਲੀ ਚੱਲੀ ਸਾਵੇਂ ਬਾਜ਼ਾਰ ਇੱਧਰ ਆ ਜਾ ਇੱਧਰ ਆ ਜਾ ਇੱਧਰ ਇੱਧਰ ਖੋ ਜਾ ਤੂੰ ਗਾਹਕ ਨੂੰ ਮਾਰਦਾ ਯਾਰ ਗਾਹਕ ਨੂੰ ਮਾਰਦਾ ਯਾਰ ਗਾਹਕ ਸਾਰਾ ਸਾਰੇ ਚਕਾਲ ਖਰਾਬ ਕਰਨ ਦੇ ਓਏ ਐਡੀ ਦੂਰ ਕੋਟ ਪਿਆ ਨਹੀਂ ਅੱਕ ਜਾਂਦਾ ਆ ਜਾ ਮੈਨੂੰ ਦੱਸ ਦੇ ਓ ਕੋਟ ਚਾਹੀਦਾ ਤੂੰ ਕੀ ਭੈਣ ਕਰੀ ਜਾਣੀ ਮੈਨੂੰ ਦੱਸ ਦੇ ਸੀ ਮੈਨੂੰ ਦੇ ਮੈਂ ਬੱਚੇ ਵਾਸਤੇ ਪਾਈ ਆ ਜੈਕਟ ਵੇਖੀ ਐ ਕਿਨੇ ਦੀ ਐ ਪਾ ਕੇ ਵੇਖ ਦੇਣਾ ਮੇਰੀ ਭੈਣ ਉਹ ਪਿੱਟੇ ਮੂੰਹ ਮੇਰੇ ਕਿੱਥੇ ਪੂਰੀ ਏ ਤੇ ਮੈਂ ਕਿਉਂ ਫੜਨ ਨਹੀਂ ਬੱਚਿਆਂ ਦਾ ਮਾਲ ਵੇ ਮੈਂ ਬੱਚੇ ਵਾਸਤੇ ਹੀ ਲੈਣੀ ਐ ਕਿਨੇ ਦੱਸੋਗੇ ਤਾਂ ਪਤਾ ਲੱਗੇਗਾ ਵੇ ਭਾਈ ਓ ਭਾਈ ਇੱਥੇ ਆ ਦੱਸ ਲੈਣਾ ਕੀ ਆ ਓ ਯਾਰ ਮੈਂ ਜਿਹੜਾ ਮੈਨੂੰ ਪਸੰਦ ਆਏਗਾ ਉਹੀ ਲਵਾਂਗਾ ਮੈਂ ਅੱਛਾ ਜਿਹੜਾ ਤੈਨੂੰ ਪਸੰਦ ਆਏਗਾ ਆ ਲੈ ਪਾ ਆ ਕਿਉਂ ਇਹ ਮੈਨੂੰ ਪਸੰਦ ਹੀ ਨਹੀਂ ਹੈਗਾ ਨਹੀਂ ਆ ਪਸੰਦ ਫਿਰ ਬਾਹਰ ਚਲ ਜਾ ਦੁਕਾਨ ਬਾਹਰ ਚਲ ਜਾ ਓ ਲੈ ਆ ਜਿਹੜਾ ਕੋਲ ਯਾਰ ਓ ਕੀ ਹੋਇਆ ਪਰੋ ਓ ਭਾਈ ਓ ਭਾਈ ਮੈਂ ਕਿਹਾ ਸੀ ਹਾਏ ਹਾਏ ਕੀ ਬਣ ਗਿਆ ਤੁਹਾਨੂੰ ਖਲੋ ਕੇ ਕਰ ਉੱਤੇ ਦੁਕਾਨ ਤੇ ਚੜੀ ਜਾਣਾ ਭਾਜੀ ਜਾ ਕੇ ਤੂੰ ਬੈਡਰੂਮ ਚ ਆਇਆ ਆਪਣੇ ਵੇ ਭਾਈ ਤੂੰ ਤੇ ਹਲਕਾ ਹੋਇਆ ਤੂੰ ਦੁਕਾਨਦਾਰੀ ਕੀ ਕਰਨੀ ਹੈ ਤੈਨੂੰ ਉਹ ਨਜ਼ਰ ਨਹੀਂ ਆਉਂਦਾ ਤੂੰ ਮੈਨੂੰ ਕਹੀ ਜਾਨੀ ਹੈ ਅੱਛਾ ਦੱਸ ਐ ਕਿੰਨੇ ਦੀ ਦੇਣੀ ਆ ਇਹ ਭਾਜੀ ਮੈਂ ਤੈਨੂੰ ਦੇਣੀ ਹੀ ਨਹੀਂ ਕਿਉਂ ਛੇ ਵਾਰੀ ਦੇਖ ਲਈ ਤੈਨੂੰ ਇਹਦਾ ਨਾ ਇਹਦਾ ਪਸੰਦ ਆਈ ਨਾ ਪਸੰਦ ਆਈ ਨਹੀਂ ਭਾਈ ਐ ਮੈਨੂੰ ਪਸੰਦ ਆਇਆ ਭਾਜੀ ਚੱਲ ਮੇਰੀ ਭੈਣੇ ਦਾ 100 ਰੁਪਏ ਦੇ ਦੇ ਹਾਂ ਆ ਖੁੱਲਾ ਬਹੁਤ ਆ ਤੰਗ ਹੋ ਜਾਏਗਾ ਹਾਂ ਦਰਜੀ ਦੀ ਦੁਕਾਨ ਦਾ ਐ ਭਾਈ ਲੰਡੇ ਦਾ ਮਾਲਾ ਜਿਹੜਾ ਪਸੰਦ ਲੱਗਦਾ ਲੈ ਲੈ ਮੇਰਾ ਦਿਮਾਗ ਖਰਾਬ ਕਰ ਚਲਾ ਭਾਈ ਇਹਦੇ 50 ਰੁਪਏ ਲਾ ਲੈ ਇੱਥੇ ਛੱਡ ਦੇ 50 ਰੁਪਏ ਨਹੀਂ ਲੱਗਣੇ 100 ਹੈਗਾ ਤਾਂ ਦੇ ਦੇਣੇ ਦੇ ਮੈਂ ਭੈਣ ਜਾ ਸਲਾਈ ਲੱਗ ਜੇਗੀ ਸਲਾਈ ਭਾਈ ਉਹ ਸਲਾਈ ਤੇ ਲਾ ਯਾਰ ਤੂੰ ਸਲਾਈ ਦਿਮਾਗ ਖਰਾਬ ਕਰਨੇ ਆ ਤਾਂ ਮੇਰਾ ਕਿੰਨੇ ਦਾ ਭਾਜੀ ਹੈ ਕਿੰਨੇ ਦਾ 150 ਦਾ ਵਾ ਆ 150 ਦਾ ਓਏ ਆ ਹੀ ਕਹਿੰਨੇ ਹੋਰ ਇੱਥੇ ਕਿਤੇ ਮੈਂ ਸਾਈਕਲ ਖਿਲਾ ਰਿਹਾ ਪਿਆ ਤੈਨੂੰ 100 ਰੁਪਏ ਓਏ ਆ 150 ਦਾ ਓਏ ਆ 150 ਦਾ 100 ਰੁਪਏ ਦਾ ਉੱਧਰ ਚੱਲ ਜਾ ਉੱਧਰ ਚੱਲ ਜਾ ਚੱਲ ਜਾ ਤੂੰ ਚੱਲ ਜਾ ਪਰੇ ਤੇਰੇ 100 ਨਾਲ ਮੇਰਾ ਨਾ ਕੰਦਾ ਪੜਦਾ ਪਾੜ ਦਾ ਵੇ ਭਾਈ ਜਿਵੇਂ ਦੀਆਂ ਤੇਰੀਆਂ ਕਰਤੂਤਾਂ ਨੇ ਨਾ ਤੂੰ ਕੁੱਟ ਖਾ ਲੈਣੀ ਏ ਉਧਰੋਂ ਕੋਈ ਖਿੱਚਣ ਆ ਮੇਰੇ ਕੋਈ ਇੱਕ ਇਧਰੋਂ ਖਿੱਚਣ ਆ ਭਾਈ ਉਹ ਸ਼ਲਟ ਲੈ ਗਿਆ ਤੇਰੇ ਇੱਧਰ ਹੋਇਆ ਇੱਧਰ ਹੋਇਆ ਸ਼ਲਟ ਲੈਣੀ ਉਹ ਭਾਈ ਤੂੰ ਬਾਹਰ ਨਿਕਲ ਦਿਮਾਗ ਖਰਾਬ ਨਹੀਂ ਭਾਈ ਉਹ ਮੈਨੂੰ ਪਸੰਦ ਆਈ ਉਹ ਬੜੀ ਅੱਛੀ ਤੈਨੂੰ ਪਸੰਦ ਆਈ ਤੈਨੂੰ ਹੋਣੀ ਕੋਈ ਨਹੀਂ ਪਸੰਦ ਮਿੰਟ ਬਾਅਦ ਆਉਂਦੀ ਵੇ ਭਾਈ ਇਹਦੀ ਗੱਲ ਕਰ ਐ ਮੇਰੇ ਮੁੰਡੇ ਦੇ ਬਹੁਤ ਸੋਹਣੀ ਲੱਗਣੀ ਏ ਬਾਜੀ ਤੈਨੂੰ ਮੇਰੀ ਭੈਣ ਮੈਂ ਕਿਹਾ ਵੀ ਇਹਦਾ 100 ਦੇ ਦੇ ਚੱਲ 50 ਲੈ ਲੈ 50 ਕਿਉਂ ਲੈ ਲੈ ਬਾਜੀ ਮਸਰੋ ਮੇਰਾ ਮਾਂ ਬੇਟਾ ਵਾ ਭਾਂਜਾ ਵਾ ਮੇਰਾ ਪੁੱਤਰ ਆ ਭਤੀਜਾ ਵਾ ਵੀ ਮੈਂ ਇਹਨੇ ਰੇਟ ਘਟ ਕਰ ਲਾਂ ਚੱਲ ਭਨੇਵਾ ਸਮਝ ਲੈ ਉਹ ਬਾਜੀ ਭਨੇਵਾ ਹੀ ਠੀਕ ਐ ਲੇਕਿਨ ਪੈਸੇ ਤੋਂ ਗੱਲ ਕਰ ਉਹ ਉੱਤੇ ਇਹ ਵਾਲੀਬਾਲ ਖੇਡਣ ਆਇਆ ਤੂੰ ਵੀ ਮਿੰਟ ਬਾਅਦ ਸੁੱਟੀ ਜਾਣਾ ਉਹ ਭਾਜੀ ਹੱਥ ਨਹੀਂ ਉੱਤੇ ਗੇਂਦ ਬੱਲਾ ਖੇਡਣੇ ਤੂੰ ਮਾਰੀ ਜਾਣਾ ਛਾਤਾਂ ਨੂੰ ਸੁੱਟੀ ਜਾਣੇ ਆ ਤੂੰ ਉਹ ਹੱਥ ਨਹੀਂ ਤੇਰੇ ਇੱਕ ਸ਼ਾਟ ਲੱਗੀ ਤੈਨੂੰ ਪਤਾ ਲੱਗ ਜਾਣਾ ਇੰਜ ਜਿਵੇਂ ਤੱਪੜੀਆਂ ਲਾਈਆਂ ਹੋਈਆਂ ਨੇ ਰੋਵੇਂ ਤੂੰ ਮਾਲ ਨੂੰ ਤੇ ਬਾਕੀ ਨਾ ਲੈ ਮੈਂ ਤੁਹਾਨੂੰ ਘਰੋਂ ਸੱਤਿਆ ਫੋਨ ਕਰਕੇ ਬੁਲਾ ਲਿਆ ਵੱਡਾ ਮਾਲ ਲਈ ਫਿਰਦਾ ਹੈ ਕਾ ਮਾਲ ਐਡਾ ਛੋਟਾ ਤੁਸੀਂ ਪਸੰਦ ਕਰ ਲਾ ਹਾਂ ਕੀ ਕਰੀ ਜਾਣ ਸਮਝ ਨਹੀਂ ਲੱਗਣੀ ਤੁਹਾਡੀ ਭਾਜੀ ਉਹ ਫੜਾਈਓ ਜਿਹੜਾ ਉਹ ਕੀ ਫੜਾਈਓ ਆ ਜਿਹੜਾ ਕੋੜਾ ਜਿਹੜਾ ਇੱਧਰ ਆ ਯਾਰ ਇੱਧਰ ਖਲੋ ਕੇ ਮੰਗ ਲੈ ਮੇਰੇ ਤੋਂ ਉੱਤੇ ਦੁਕਾਨ ਤੇ ਸਾਰਾ ਕੋਈ ਖਿਲਾ ਲਾ ਯਾਰ ਉਹ ਜਿਹੜੀ ਚੀਜ਼ ਪਸੰਦ ਕਰਦਾ ਬਾਜੀ ਲੈ ਜਾਂਦੀ ਆ ਭੈਣ ਤੂੰ ਮੈਨੂੰ ਦੱਸ ਦੇ ਕਿਹੜੀ ਸ਼ਾਇਦ ਵੇ ਸਬਰ ਕਰ ਲੈ ਵੇ ਤੇਰੇ ਕੋ ਬੜੀਆਂ ਚੀਜ਼ਾਂ ਕੰਮ ਦੀਆਂ ਨੇ ਮਰੇ ਤੂੰ ਬਾਜੀ ਮੇਰੇ ਨਾਪ ਦਾ ਕੋਟ ਕੋਈ ਨਹੀਂ ਹੈਗਾ ਤੇਰੇ ਨਾਪ ਦਾ ਵੀਰੇ ਸਿਰ ਕਫਨ ਹੋਣਾ ਵਾ ਦੇਖ ਲੈ ਵੀਰੇ ਤੂੰ ਕਿਹੜਾ ਆਨਾ ਹੈ ਹਾਂ ਇਹ ਕਾ ਵੀ ਬਾਜੀ ਲੈਣਾ ਵਾ ਨਹੀਂ ਐ ਨਹੀਂ ਲੈਣਾ ਇਹਨਾਂ ਦਾ ਘਰ ਇਹਨਾਂ ਦਾ ਕੀ ਕਰਨਾ ਹੈ ਇੱਕ ਆਪ ਸੰਜ ਕਿਤਾ ਹਾਏ ਇਹ ਵੀ ਸੋਹਣਾ ਹੀ ਆਹੋ ਬਾਜੀ ਲੇਕਿਨ ਇਹ ਮੈਨੂੰ ਇੱਕ ਵਾਰੀ ਧੋਣੇ ਪੈਣੇ ਨੇ ਹੋ ਗਏ ਤਾਜੀ ਦੱਸਿਆ ਕਰੋ ਯਾਰ ਆ 3 ਆ 4 5 ਨਾਗ ਬਾਜੀ ਆ ਵੀ ਆ ਹਾਂ 6 ਨਾਗ ਹੋਏ ਬਾਜੀ ਨਾਗ ਨਹੀਂ ਕੱਪੜੇ ਮਰੇ ਤੂੰ ਓਏ ਅਸੀਂ ਨਾਗ ਹੀ ਕਹੀਦਾ ਭੈਣ 6 ਕੱਪੜੇ ਹੋ ਗਏ ਹੀ ਠੀਕ ਆ ਅੱਛਾ ਭਾਈ ਇਹਨਾਂ ਦੇ ਕਿੰਨੇ ਪੈਸੇ ਹੋ ਗਏ ਨੇ ਬਾਜੀ ਇਹ ਬਣ ਗਿਆ 700 ਰੁਪਇਆ ਬਣ ਗਿਆ ਤੁਹਾਡਾ ਹਾਂ ਵੀਰੇ ਆ 3 ਮੈਨੂੰ ਪਸੰਦ ਮਾਰ ਗਈ ਗੰਦਾ ਜਾਂ ਮਾਲ ਲਾ ਕੇ ਤੇ ਲੁੱਟਾ ਬੈਠਾ ਹੈ ਮੈਂ ਤੈਨੂੰ ਕਦੋਂ ਕਿਹਾ ਵੀ ਮੈਂ ਤੈਨੂੰ ਇਹਨਾਂ ਦੇ ਪੈਕ ਸੀਲ ਪੈਕ ਤੈਨੂੰ ਸਮਾਨ ਦੇਣਾ ਮੈਂ ਡੱਬਾ ਪੈਕ ਤੈਨੂੰ ਮੈਂ ਸ਼ਲਟਾ ਦੇ ਦੇਣੇ ਬਾਜੀ ਵੇ ਭਰਾਵਾ ਇਹਨੂੰ ਸਮਝਾਵੇ ਬਾਜੀ ਮੈਂ ਕੀ ਸਮਝਾਵਾਂ ਮੈਂ ਇਹਨੂੰ ਜੰਮਿਆ ਵਾਂ ਦੱਸੋ ਤੁਸੀਂ ਰੇਟ ਦੱਸੋ ਕਿ ਸਹੀ 700 ਰੁਪਇਆ ਬਾਜੀ ਦੇ ਦੋ ਵੇ ਮੇਰੇ ਇੱਥੋਂ ਜ਼ਾਇਆ ਨਾ ਹੋ ਜਾਈ ਇੰਨੇ ਪੈਸੇ ਮੰਗਣ ਡਿਆ ਹੈ ਬਾਜੀ ਹੋਰ ਕਿੰਨੇ ਹੁਣ 700 ਰੁਪਇਆ ਤੁਹਾਨੂੰ ਮੰਗਿਆ 100 ਰੁਪਇਆ ਦਾ ਤੁਹਾਨੂੰ ਕਹਿਤਾ ਬਤਾ ਰੁਪਇਆ 250 ਦੇਾਂਗੀ ਮੈਂ ਤੱਪੜੀਆਂ ਨਾ ਇਹ 250 ਰੁਪਇਆ ਤੁਹਾਨੂੰ ਦੇ ਤੱਪੜੀਆਂ ਵਰਗਾ ਹੀ ਨੇ ਵੇਖ ਤੇ ਸਹੀ ਰੁਪਇਆ 600 ਦੇਣਾ ਤਾਂ ਠੀਕ ਹੈ ਨਾ ਤੇ ਰਹਿ ਲੋ ਇੱਥੇ ਰੱਖ ਦੋ ਮਾਲ 600 ਨਹੀਂ 250 ਦਾ 1 ਰੁਪਇਆ ਵੀ ਮੈਂ ਵੱਧ ਨਹੀਂ ਦੇਣਾ ਤੂੰ ਮੈਨੂੰ ਜਾਣਦਾ ਨਹੀਂ ਹੈ ਨਾ ਤੇ ਮੈਂ ਕਿਹੜਾ ਤੈਨੂੰ ਮਾਲ ਦੇ ਦੇਣਾ ਵਾ ਤੈਨੂੰ ਕਹਿੰਦਾ 600 ਰੁਪਇਆ ਦੇ ਸਕਦਾ ਤਾਂ ਠੀਕ ਆ ਮੈਂ ਯਕੀਨ ਕਰ ਆਪਣੀ ਭੈਣ ਨੂੰ ਲੈ ਆਣਾ ਬੜੀ ਲੜਾਕੀ ਹੈ ਭਾਜੀ ਆਪਣੀ ਮਿੱਟੀ ਲੱਗੀ ਸੀ ਮੈਂ ਕਹਾਂ ਝਾੜ ਦੀ ਜਰਾ ਐਡਾ ਸ਼ੋਹਾ 600 ਦੇਣਾ ਬਾਜੀ ਤੂੰ ਦੇ ਮੇਰੀ ਭੈਣ ਦਿਮਾਗ ਨਾ ਖਰਾਬ ਕਰਕੇ ਚੱਲ ਜਾ ਕਿੰਨੇ ਪੈਸੇ ਰੁਪਇਆ 250 ਦੇਾਂਗੇ ਐਵੇਂ 4-5 ਪੀਸ ਲੈਣ ਤੇ ਕਿੰਨੇ ਪੈਸੇ ਮੰਗਣ ਡਿਆ ਨਾ ਦੇਖੋ ਜੀ ਨਾ 250 ਇਹਦਾ ਨਾ 600 ਤੇਰਾ ਸਹੀ ਆ ਤੁਸੀਂ 350 ਦੇ ਦੇਣਾ
ਕੋਣੇ 300 ਕਿਉਂ ਦੇ ਦੇਵੇ ਬਈ ਹੈ ਦੁਕਾਨ ਤੇਰੀ ਹੈ ਜਾਂ ਮੇਰੀ ਭਾਜੀ ਐਡਾ ਤੂੰ ਫੈਸਲਾ ਕਰਨ ਵਿੱਚ ਆ ਗਿਆ ਤੈਨੂੰ ਮੈਂ ਤੂੰ ਅੱਛਾ ਫੈਸਲਾ ਕੀ ਸਹੀ ਕੀਤਾ ਮੈਂ ਫੈਸਲਾ ਮੈਂ ਫੈਸਲਾ ਤੈਨੂੰ ਮੈਂ ਕਿਹਾ ਫੈਸਲੇ ਦੇ ਵਿੱਚ ਆ ਹੈ ਪੈਸੇ ਮੇਰੇ ਪੇ ਘੱਟ ਵਾਤਾ ਮੈਨੂੰ ਹੁੰਦੇ ਤੂੰ ਵਿੱਚ ਕਰਕੇ ਇੰਜ ਕਰ ਦੇ ਇੰਜ ਕਰ ਦੇ ਭਾਜੀ 300 ਲੈ ਲਈ ਬਾ ਬਈ ਤੇਰੇ ਤੇ ਗਾਹ ਤੁਹਾਡੇ ਕੋਲ ਆ ਗਿਆ ਸਮਾਂ ਦੇ ਦਿਓ ਮੈਂ ਲੈ ਫੇਰ ਮੇਰੇ ਮੂੰਹ ਜ਼ਿਆਦਾ ਨਿਕਲ ਗਏ ਭਾਜੀ ਸ਼ੋਪਰ ਚ ਪਾ ਦੋ ਸ਼ੋਪਰ ਤੇ ਕਬਲ ਚਾਵਲ ਲੈ ਉਹਨੇ ਮੈਨੂੰ ਸ਼ੋਪਰ ਚ ਪਾ ਦਵਾ ਗੱਲ ਮੁੱਕ ਗਈ ਹੋ ਗਈ ਭਾਜੀ ਗੱਲ ਕਾਦੀ ਮੁੱਕ ਗਈ ਮਾਲ ਤੇਰਾ ਹੋਇਆ ਮੇਰਾ ਮਾਲ ਤੇ ਸਾਡਾ ਤੇ ਜਾ ਤੂੰ ਕਿਤੇ ਹੋਰ ਤੂੰ ਫੈਸਲਾ ਕਰਨ ਆ ਗਿਆ ਮੇਰਾ ਮਗਰ ਆਏ ਨੀ ਮਾਸੀ ਮੁਸੀਬਤ ਕਿਤੇ ਘਰ ਬਹਿ ਜਾ ਕਰ ਸ਼ੋਪਰ ਚ ਪਾ ਦੇ ਅਸੀਂ ਨਿਕਲੀਏ ਚੱਲ ਉੱਥੇ ਨਿਕਲ ਓਏ ਮੋਟੂ ਹੱਥ ਨਹੀਂ ਲਾਣਾ ਓਏ ਹੱਥ ਨਹੀਂ ਤਲਾ ਤੂੰ ਰੰਗ ਹੋਈ ਆ ਮੈਂ ਤੂੰ ਮੂੰਹ ਪਾੜ ਦੇਣਾ ਐਵੇਂ ਪਾੜ ਦੇਣਾ ਤੂੰ ਮੇਰਾ ਮੂੰਹ ਇੰਨਾ ਬਕਵਾਸ ਕੀਤੀ ਏ ਕਿੰਨੇ ਪੈਸੇ ਤੂੰ ਪੌਣੇ 300 ਗਿਆ ਆਹੋ ਚੱਲ 10 ਹੋਰ ਵਧਾ ਦਿੰਦੇ ਆ ਓਏ ਐਂ ਨਹੀਂ ਬੋਲ ਤੇਰੇ ਖਾਂਦਾ ਤੂੰ ਓ ਯਾਰ ਚਪੇੜ ਕਿੱਡਾ ਮੂੰਹ ਹੈ ਤੇਰਾ ਪਰੇ ਮਰ ਜਾ ਕੇ ਤੂੰ ਔਰਤ ਆ ਤਾਂ ਮੈਂ ਤੈਨੂੰ ਤੱਦ ਕੁਛ ਨਹੀਂ ਕਹਿਣਾ ਤੇ ਮੈਂ ਤੇਰੀਆਂ ਦੇ ਪਾਸੇ ਨਾ ਮਾਰ ਲਵਾਂ ਚੱਲ ਕਹਿ ਕਹਿ ਜਰਾ ਚੱਲ ਜਰਾ ਕਹਿ ਹੁਣ ਜੇ ਮੈਂ ਤੇਰੀਆਂ ਦਾੜਾਂ ਨਾ ਕੱਢੀਆਂ ਦੇ ਕਹਿ ਜਰਾ ਗੁਰੂ ਕਹਿੰਦਾ ਕਿਉਂ ਨਹੀਂ ਚੱਲ ਅੱਗੇ ਐਡਾ ਸ਼ੋਹਾ ਤੂੰ ਚੱਲ ਬਾਜ ਜਰਾ ਫੜ ਇਹਨੂੰ ਤੂੰ ਐਡਾ ਕਮਜ਼ੋਰ ਸਮਝਦਾ ਨਹੀਂ ਚੁੱਕ ਵੇ ਸਾਰੇ ਕੱਪੜੇ ਨਹੀਂ ਤੂੰ ਤੇ ਕੁਛ ਤੇ ਬਦਾਮ ਖਾ ਕੇ ਆ ਜਾ ਤੇ ਜਿਹੜੇ ਜਿਹੜੇ ਤੈਨੂੰ ਪਸੰਦ ਨੇ ਸਾਰੇ ਚੁੱਕ ਲੈ ਲੈ ਪੰਨੇ ਦਾ ਰੱਖਣਾ ਨਾ ਤੂੰ ਚੁੱਕ ਉਰੇ ਫੜਾ ਨੂੰ ਤੇਰੀ ਤੇਰੀ ਇਹ ਜੁਰਤ ਤੂੰ ਸਾਡੇ ਕੋਲ ਫੇਰ ਮੇਰੀ ਤੂੰ ਠਾ ਕੰਮ ਕਰ ਜਾ ਕੇ ਚਲ ਫਿਰ ਆ ਟਰੋਦੇ ਮੈਨੂੰ ਦੇ ਦੇ ਆ ਜਰਾ ਟਰੋਦੇ ਨੋ 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 ਓ 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